ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਤੀਸਰੇ ਦਿਨ ਦੀ ਕੁਰਬਾਨੀ ਜੀ। ਅਸਰ ਤੋਂ ਪਹਿਲੇ ਪਹਿਲੇ ਜਿਹੜੇ ਨਾ ਤੀਸ ਦਿਨ ਦੀ ਕੁਰਬਾਨੀਆਂ ਹੋਣਗੀਆਂ, ਜਿਹਨੇ ਵੀ ਕਰਨੀ ਹੈ ਅੱਜ ਕੁਰਬਾਨੀ ਕਰ ਲਵੋ ਅਸਰ ਦੀ ਨਮਾਜ਼ ਪਹਿਲੇ ਪਹਿਲੇ। ਉਸ ਤੋਂ ਬਾਅਦ ਤੁਸੀਂ ਕੁਰਬਾਨੀ ਨਹੀਂ ਕਰ ਸਕਦੇ। ਅਸੀਂ ਕੁਰਬਾਨੀ ਕਰਨ ਵਾਸਤੇ ਵੱਛਾ ਜਿਹੜਾ ਨਾ ਉਹ ਲੈ ਕੇ ਜਾ ਰਹੇ ਹਾਂ। ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਜਾਣਾ ਅੱਜ ਆਖਰੀ ਦਿਨ ਕੁਰਬਾਨੀਆਂ ਦਾ ਜੀ, ਅਸਰ ਦੀ ਨਮਾਜ਼ ਤੱਕ। ਲਓ ਜੀ, ਇਸ ਵੀਡੀਓ ਨੂੰ ਮੁਕੰਮਲ ਵੇਖੋ ਐਂਡ ਤੱਕ, ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਬੈੱਲ ਆਈਕਨ ਨੂੰ ਲਾਜ਼ਮ ਪ੍ਰੈਸ ਕਰਿਓ। ਲਓ ਜੀ, ਮੁਕੰਮਲ ਜਿਹੜੀ ਵੀਡੀਓ ਵੇਖਿਓ ਕਿਸ ਤਰੀਕੇ ਨਾਲ ਕਸਾਈ ਜਿਹੜੇ ਨਾ ਕਸ਼ਮੀਰੀ ਭੱਟ ਸਾਹਿਬ ਜਿਹੜੇ ਨਾ ਉਹ ਜਨਾਬ ਬੱਚੇ ਨੂੰ ਸੁੱਟਦੇ ਨੇ ਅਤੇ ਧਾਂਦੇ ਨੇ ਅਤੇ ਜ਼ਿਬਾਹ ਕਰਦੇ ਨੇ। ਧਿਆਨ ਰੱਖਣਾ ਪੈਣਾ ਆਪਣਾ, ਇੰਨਾ ਕਿ ਤੂੰ ਲੱਗਾ ਇੱਥੇ ਈਦ ਮਨਾਉਣ ਵਿੱਚ ਦੇ ਹੈਂ। ਹਾਂ ਵੇਖਿਆ ਫਿਰ ਸਾਰੇ ਬੰਦਿਆਂ ਨੇ ਮਹੱਲੇ ਵਾਲੇ ਵਹਿੰਦੇ ਨੇ ਕੀ ਆਉਂਦੇ ਨੇ ਹੈਂ। ਨਹੀਂ ਮਾਸ਼ਾਅੱਲਾ ਮਾਸ਼ਾਅੱਲਾ ਹੈ ਬਾਈ, ਅੱਲਾਹ ਤੰਦਰੁਸਤ ਰੱਖੇ ਜੀ, ਕਰਮ ਮਾਲਕ ਕਰੇ। ਮਾਸ਼ਾਅੱਲਾ ਸਾਡਾ ਬੱਚਾ ਸੋਹਣਾ ਜੀ, ਇਹ ਵੈਸੇ ਹੀ ਸਮੇਂ ਲਾ ਤੈਨੂੰ ਹੀ ਚਲੋ ਬੱਚਾ ਤਾਂ ਹਾਂ ਲੈ ਆਉਂਦਾ ਹੈਂਜੀ, ਅਤੇ ਜਿਹਨੇ ਸਾਂਭਿਆ ਉਹਨੂੰ ਵੀ ਬੜਾ ਸੁਆਦ ਨਾ ਖਿਦਮਤ ਕਰਨਾ ਪਿਆ ਜਨਾਬ। ਅੱਜ ਕਿੰਨਾ ਅੱਜ ਕਿੰਨੇ ਦਿਨ ਹੋ ਗਿਆ ਲਿਆਂਦਿਆਂ ਬੱਚਾ? 10 ਦਿਨ ਹੋ ਗਏ ਤਕਰੀਬਨ, ਮਾਸ਼ਾਅੱਲਾ 10 ਦਿਨ ਹੋ ਗਏ ਬੱਚਾ ਜੀ ਲੈ ਕੇ ਆਇਆ ਸਾਂ। ਮੈਂ ਤਾਂ ਵੈਸੀ ਹੈ ਵੈਸਲ ਹੀ, ਅਤੇ ਵੈਸਲ ਦੇ ਆਪਣਾ ਡੰਗਰਾਂ ਨਾਲ ਹੀ ਬੰਨਣਾ ਜੀ, ਡੰਗਰਾਂ ਦੇ ਕੋਲ ਹੀ ਬੱਝਾ ਤਾਂ ਕਿ ਦਰੇਵਾਂ ਸ਼ਰੇਵਾਂ ਜਾਂ ਹਿੱਸ ਹੁੰਦੇ ਆ ਨਾ ਜਾਨਵਰ ਦੇ ਵਿੱਚ ਉਹ ਨਾ ਹੋਏ। ਅਤੇ ਮਾਸ਼ਾਅੱਲਾ ਵੈਸੀ ਨੇ ਪੂਰੀ ਖਿਦਮਤ ਕੀਤੀ ਜਾਨਵਰ ਦੀ, ਮਾਸ਼ਾਅੱਲਾ ਜੀ 2 ਤੋੜੇ ਹਾਂ 40 ਛੜੇ ਨੇ ਮਾਸ਼ਾਅੱਲਾ ਕੁਰਬਾਨੀ ਤੱਕ 10 ਦਿਨਾਂ 'ਚ 2.5 ਤੋੜੇ ਮਾਸ਼ਾਅੱਲਾ ਜੀ, 10 ਦਿਨ ਦੇ 2.5 ਤੋੜੇ ਹਾਂ ਬੱਚੇ ਨੂੰ ਮਾਸ਼ਾਅੱਲਾ ਜੀ ਖਿਲਾ ਦਿੱਤੇ ਨੇ ਜੀ ਮਾਸ਼ਾਅੱਲਾ ਜੀ। ਇਨਸ਼ਾਅੱਲਾ ਅੱਲਾਹ ਦੇ ਫਜ਼ਲ ਦੇ ਕਰਮ ਨਾਲ ਜਾਣਾ ਈਦੋਂ ਦੂਸਰੇ ਦਿਨ ਇਨਸ਼ਾਅੱਲਾ ਕੁਰਬਾਨੀ ਕਰਨੀ ਜੀ ਅਸਾਂ। ਜਾਨਵਰ ਕੋਈ ਨਹੀਂ ਵੇਖਿਆ ਹੈਂ, ਤਗੜਾ ਹੀ ਮਾਸ਼ਾਅੱਲਾ ਅਤੇ ਸਿਹਤਮੰਦ ਤਾਂ ਇੱਕੋ ਜਿਹਾ। ਚਲੋ ਵੈਸੇ ਆ ਖੈਰਾਂ ਬਾਈ, ਖੈਰਾਂ ਵੈਸੀ ਦੀਆਂ, ਵੈਸੀ ਭਲਵਾਨ ਦੀਆਂ ਮਾਸ਼ਾਅੱਲਾ ਜੀ ਹੈਂ। ਮਾਸ਼ਾਅੱਲਾ ਮਾਸ਼ਾਅੱਲਾ ਜੀ ਆ ਖੈਰਾਂ ਵੈਸੀ ਦੀਆਂ, ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਤੂੰ ਤਾਂ ਮੂੰਹ ਕਰ ਹਾਂ ਆ ਤਾਂ ਮੂੰਹ ਕਰ ਹਾਂ, ਚੱਲ ਠੀਕ ਹੈ ਆ ਖੈਰਾਂ ਬਈ ਖੈਰਾਂ, ਠੀਕ ਹੋਗਾ ਠੀਕ ਹੈ ਸ਼ਾਬਾਸ਼, ਲਿੰਕ ਸ਼ੇਅਰ ਕਰ ਛੋ ਸਬਸਕ੍ਰਾਈਬ ਕਰ ਦੇ ਆ, ਅੱਛਾ ਠੀਕ ਹੈ ਜਨਾਬ ਠੀਕ, ਲਾਈਕ ਵੀ ਤੇ ਫਾਲੋ ਵੀ ਕਰਿਓ ਆ, ਅਸਲ ਕਸਾਈਆਂ ਦੀ ਬਣੀ ਅੱਜ ਵੀਡੀਓ ਬਾਈ, ਵਿਕਾਸ ਦੀ ਬੰਦੇ ਆ ਜਿਹੜੇ ਤੇਜ਼ ਕਰਦਾ ਪਾ ਨਾ ਇਹ ਬਹੁਤੇ ਲਾਈਕ ਇਹਦੀ ਦੀ ਵਜ੍ਹਾ ਨਾਲ ਮਿਲਨੇ ਮਿਲਨੇ ਨਾ ਮੈਂ ਫੇਮਸ ਬਰਾ ਕੇ ਲੈ ਬੁਲਾ ਲਾ ਫੜ ਯਾਰ, ਮੈਂ ਫੜ ਤੂੰ
ਕੋਲ ਕਰ ਲੈ ਤਾਂ ਸਾ ਹਾਂਜੀ ਮਾਸ਼ਾਅੱਲਾ ਸੀਲ ਨਾਲੀ ਉਹਨੂੰ ਹੀ ਪਤਾ ਹੋਵੇ ਕਿ ਸੁਨਤ ਇਬਰਾਹਿਮ ਹੀ ਹੈ ਪਿਆਰ ਨਾ ਪਾਓ ਕੁਛ ਨੀ ਆਂਦਾ ਤੁਹਾਨੂੰ ਪਿੱਛੇ ਕਰੋ ਉਹਨੂੰ ਰਸੀਦ ਪਿੱਛੇ ਕਰੋ ਬੋਲਿਆ ਖਿੱਚੂ ਖਿੱਚੂ ਮੈਨੂੰ ਦੋ ਦੋ ਮੋਬਾਈਲ ਫੜਾ ਖੜੇ ਤੇ ਹੋਰ ਸਹੀ ਤਰ੍ਹਾਂ ਵਿੱਚ ਆਈ ਇੱਕ ਵਿਚਲੀ ਨੂੰ ਲੱਤ ਮਾਰੋ ਕੱਲੀ ਨੂੰ ਸਿੰਗਲ ਥੱਲੋ ਦੀ ਕੱਢ ਯਾਰ ਰਸੀ ਗੱਲਾਂ ਕਰੀ ਜਾਣਗੇ ਬਸ ਕੁਛ ਨਹੀਂ ਕਰੋ ਭਾਈ ਆਰਾਮ ਨਾਲ ਰੱਖ ਉੱਤੇ ਲੱਤ ਆਰਾਮ ਨਾਲ ਰੱਖ ਅਸੀਂ ਪੜੋ ਹੁਣ ਠੀਕ ਇਹਦੇ ਵਿੱਚੋਂ ਨਹੀਂ ਕੱਢ ਹਾਂ ਮੇਰਾ ਕੰਮ ਕਰਦਾ ਖਦਾ ਜੀ।